ਪੈਰਮ ਸਤਕਾਰਯੋਗ ਸਾਧ ਸੰਗਤ ਜੀ ਸਾਰੇ ਹੀ ਰਸਨਾ ਪਵਿੱਤਰ ਕਰੀਏ ਤੇ ਆਖੀ ਤਾਨਸੀ ਦੇ ਸਾਧਗੁਰੂ ਜਗਜੀਤ ਸਿੰਘ ਜੀ ਤਾਨਸੀ ਦੇ ਸਾਧਗੁਰੂ ਉਦੇਸ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਸਬੰਧਿਤ ਹੈ ਬੀਬੀ ستਿੰਦਰਪਾਲ कौर ਧਰਮ ਪਤਨੀ ਸੰਤ ਬਲਦੇਵ ਸਿੰਘ ਜੀ ਮੰਡੀ ਹਿਮਾਚਲ ਪ੍ਰਦੇਸ਼ ਸਾਖੀ ਦਾ ਸਿਰਲੇਖ ਹੈ ਇੱਕ ਦੀ ਥਾਂ ਤੇ ਪੰਜ ਪੁੱਤਰਾਂ ਦੀ ਦਾਤ ਬੀਬੀ ستਿੰਦਰਪਾਲ कौर ਸੁਕੇਤ ਮੰਡੀ ਹਿਮਾਚਲ ਪ੍ਰਦੇਸ਼ ਵਿੱਚ ਰਹਿੰਦੀ ਹੈ। ਇਹਨਾਂ ਦੇ ਪਤੀ ਸੰਤ ਬਲਦੇਵ ਸਿੰਘ ਬੜੇ ਗੁਰਮੁਖ ਸੁਭਾਅ ਦੇ ਹਨ। ਇਹਨਾਂ ਦੀਆਂ 4 ਲੜਕੀਆਂ ਤੇ 1 ਲड़का ਹੈ। ਲड़का ਪੜ੍ਹਿਆ-ਲਿਖਿਆ ਨਾਮਤਾਰੀ ਰਹਿਤ ਮਰਿਆਦਾ ਦਾ ਪਾਲਣ ਕਰਦਾ ਹੈ। ਐਮਐਸਸੀ ਤੇ ਹੋਰ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਅਦ ਵੀ ਸ਼ਹਿਰ ਵਿੱਚ ਦੁਕਾਨ ਹੀ ਚਲਾਉਂਦਾ ਹੈ। ਲड़का ਵੀ ਸੱਚੇ ਪਾਤਸ਼ਾਹ ਜੀ ਦੀ ਦੇਣ ਮੰਨਦੇ ਹਨ। ਕਹਿੰਦੇ ਹਨ ਕਿ ਪੂਜਯਾ ਸ਼੍ਰੀ ਬੇਬੇ ਦਲੀਪ ਕੌਰ ਜੀ ਨੇ ਮੰਡੀ ਵਿਖੇ ਚਰਨ ਪਾਇ ਬੀਬੀ ਸਤਿੰਦਰਪਾਲ ਕੌਰ ਜੀ ਦੀ ਮਾਤਾ ਤੇ ਭੈਣ ਤੇ ਹੋਰ ਸਾਥ ਸੰਗਤ ਸੀ ਬੇਬੇ ਜੀ ਨੇ ਪੁੱਛਿਆ ਕਿੰਨੇ ਬੱਚੇ ਹਨ ਜੀ ਚਾਰ ਲੜਕੀਆਂ ਹਨ ਕਿਰਪਾ ਕਰੋ ਤੇ ਪੁਜੰਗੀ ਦੀ ਦਾਤ ਬਖਸ਼ੋ ਜੀ ਬੱਚੇ ਨੇ ਆ ਇੱਕ ਨਹੀਂ ਪੰਜ ਲੜਕੇ ਤੈਨੂੰ ਪਾਸ਼ਾ ਜੀ ਦੇਣਗੇ ਬੀਬੀ ਹਰਬੰਸ ਕੌਰ ਨੇ ਪ੍ਰਸ਼ਾਦ ਵੰਡਦੇ ਆ ਪੰਜ ਫਲ ਬੀਬੀ ਨੂੰ ਦਿੱਤੇ ਬੇਬੇ ਜੀ ਬੇਬੇ ਜੀ ਪੰਜਵੇਂ ਕੀ ਕਰਨੇ ਹਨ ਚਾਰ ਲੜਕੀਆਂ ਆ ਗਈਆਂ ਸਰਵਿਸ ਮੈਂ ਕਰਦੀ ਹਾਂ ਛੋਟੇ ਛੋਟੇ ਬੱਚੇ ਛੱਡ ਕੇ ਮੈਨੂੰ ਅੱਗੇ ਹੀ ਨੌਕਰੀ ਕਰਨੀ ਬੜੀ ਮੁਸ਼ਕਿਲ ਹੋਈ ਬਈ ਹੈ ਕਿਉਂਕਿ ਬੀਬੀ ستਿੰਦਰਪਾਲ ਕੌਰ JBT టీਚਰ ਸੀ ਪ੍ਰਾਇਮਰੀ ਸਕੂਲ ਵਿੱਚ ਸਰਕਾਰੀ ਨੌਕਰੀ ਕਰਦੇ ਸੀ ਨਹੀਂ ਸੱਚੇ ਬਾਦਸ਼ਾਹ ਜੀ ਦਾ ਹੁਕਮ ਹੈ ਪੰਜ ਹੀ ਦੇਣੇ ਹਨ ਬੇਬੇ ਜੀ ਨੇ ਹੁਕਮ ਕੀਤਾ ਸਤਿੰਦਰਪਾਲ ਕਹਿਣ ਲੱਗੀ ਮੈਨੂੰ ਤੇ ਇੱਕੋ ਹੀ ਦਿਓ ਬਾਅਦ ਵਿੱਚ ਮੈਂ ਆਪਰੇਸ਼ਨ ਕਰਾ ਦੇਾਂਗੀ ਬੇਬੇ ਜੀ ਨੇ ਦੁਬਾਰਾ ਹੁਕਮ ਦੁਹਰਾਇਆ ਤੈਨੂੰ ਪੰਜ ਦਿੱਤੇ ਹਨ ਤੂੰ ਦੋ ਰੱਖ ਲੈ ਤੇ ਤਿੰਨ ਅਸੀਂ ਲੈ ਲਵਾਂਗੇ ਐਨੇ ਨੂੰ ਸਤਿੰਦਰਪਾਲ ਕੌਰ ਦੀ ਭੈਣ ਨੇ ਪਿੱਛੋਂ ਚੁੰਡੀ ਮਾਰੀ ਸਤਿੰਦਰ ਗੁਰੂ ਦੀ ਗੁਰੂ ਕੇਆਂ ਦਾ ਬਚਨ ਉਲਟਾਈ ਦਾ ਨਹੀਂ ਸਤਿੰਦਰਪਾਲ ਨੇ ਖੀਮਾ ਦੀ ਆਚਨਾ ਕੀਤੀ ਬੀਬੀ ਜੀ ਹੁਕਮ ਕੀਤਾ ਕੋਈ ਗੱਲ ਨਹੀਂ ਤੈਨੂੰ ਸਾਧਗੁਰਾਂ ਨੇ ਖੁਸ਼ੀਆਂ ਬਖਸ਼ੀਆਂ ਹਨ ਕੁਝ ਸਮੇਂ ਬਾਅਦ ਸਤਿੰਦਰਪਾਲ ਕੋਰ ਦੇ ਘਰ ਚਾਰ ਬੀਬੀਆਂ ਤੋਂ ਬਾਅਦ ਇੱਕ ਪੁਜੰਗੀ ਨੇ ਜਨਮ ਲਿਆ ਉਸ ਤੋਂ ਬਾਅਦ ਵਿੱਚ ਇੱਕ ਹੋਰ ਬੱਚਾ ਜਿਹੜਾ ਚੱਲ ਵਸਿਆ ਬਚਨ ਦੋ ਦੇ ਲੈਣ ਦਾ ਸੀ ਸੋ ਪੂਰਾ ਹੋਇਆ ਕਾਕੇ ਦਾ ਨਾਮ ਬੀਬੀ ਨੇ ਗੁਰਸ਼ਰਨ ਸਿੰਘ ਰੱਖਿਆ ਇੱਕ ਹੋਰ ਸਾਖੀ ਹੈ ਬੀਬੀ ਜੀ ਦੀ ਬੀਬੀ ستਿੰਦਰਪਾਲ ਕੌਰ ਜੀ ਦੇ ਦੂਜੇ ਨੰਬਰ ਵਾਲੀ ਲੜਕੀ ਸ਼ੀਰੀਪੇ ਅਣੀਸਾ ਹੈ ਸਨ ਪੂਰਨ ਸਿੰਘ ਹੋਰਾਂ ਦੀ ਦੇ ਸੁਪੁੱਤਰ ਰਾਗੀ ਮੋਹਨ ਸਿੰਘ ਹੋਰਾਂ ਨਾਲ ਵਿਆਹੀ ਹੋਈ ਹੈ ਇੱਕ ਵਾਰ ਦੀ ਗੱਲ ਹੈ ਕਿ ਬੀਬੀ ستਿੰਦਰਪਾਲ ਇੱਕਦਮ बेहोश ਹੋ ਕੇ ਡਿੱਗ ਬਈ ਘਰ ਤੋਂ ਕੁਝ ਕੁ ਮੀਲਾਂ ਦੇ فاਸਲੇ ਤੇ ਸੀ ਡਾਕਟਰਾਂ ਨੂੰ ਦਿਖਾਇਆ ਬिलासपुर ਦੇ ਲਾਗੇ ਚਾਗੇ ਦਵਾਈਆਂ ਦਿੱਤੀਆਂ ਗਈਆਂ ਐਨੇ ਜੰਗਲ ਆਉਣ ਕਿ ਬੀਬੀ ستਿੰਦਰ ਪਾਲ بار بارੇ સ્ਨਾਣ ਕਰੀ ਜਾਵੇ ਇਹ ਸਾਰਾ ਕੁਝ ਬਿਹੋਸ਼ੀ ਵਿੱਚ ਹੀ ਹੁੰਦਾ ਰਿਹਾ ਪੰਜ ਦਿਨ ਹਸਪਤਾਲ ਵਿੱਚ ਰਹੀ ਕੋਈ ਸੂਰਤ ਹੀ ਨਹੀਂ ਸੀ ਜਵਾਈ ਰਾਗੀ ਮੋਹਨ ਸਿੰਘ ਉਹਨਾਂ ਨੂੰ ਸ਼੍ਰੀ ਭੈਣੀ ਸਾਹਿਬ ਲੈ ਆਇਆ ਲੁਧਿਆਣੇ ਦਯਾਨਨ ਹਸਪਤਾਲ ਵਿੱਚ ਪੰਜ ਦਿਨ ਰਹੀ ਕੋਈ ਹੁਸ਼ੀ ਨਾ ਆਇਆ ਡਾਕਟਰ अवस्थी ਨੇ ਵੀ ਵੇਖਿਆ ਆਖਰ ਵੱਡੇ ਵੱਡੇ ਡਾਕਟਰ ਵੈਦਾਂ ਦੇ ਵੈਦ ਜਿਹੜਾ ਮੋਇਆਂ ਨੂੰ ਜੀਵਾਲਦਾ ਹੈ ਉਹਦੇ ਕੋਲ ਸ਼੍ਰੀ ਭੈਣੀ ਸਾਹਿਬ ਲੈ ਆਂਦਾ ਗਿਆ ਅਰਜ ਹੋਈ ਤਾਂ ਬਾਦਸ਼ਾਹ ਜੀ ਨੇ ਹੁਕਮ ਕੀਤਾ ਇਸ ਨੂੰ ਅਪੋਲੋ ਹਸਪਤਾਲ ਦਿੱਲੀ ਲੈ ਜਾਓ ਸ਼੍ਰੀ ਭੈਣੀ ਸਾਹਿਬ ਤੋਂ ਹੀ ਐਂਬੂਲੈਂਸ ਦਿੱਤੀ ਗਈ ਉਹਦੇ ਵਿੱਚ ਪਾ ਕੇ ਰਾਗੀ ਮੋਨ ਸਿੰਘ ਹੋਰੀ ਬੀਬੀ ਜੀ ਨੂੰ ਦਿੱਲੀ ਅਪੋਲੋ ਹਸਪਤਲ ਲੈ ਗਏ ਅਪੋਲੋ ਵਿੱਚ ਬੀਬੀ ਜੀ ਨੂੰ 3 ਦਿਨ ਬਾਅਦ ਹੋਸ਼ ਆ ਗਿਆ ਜਦੋਂ ਬੀਬੀ ਜੀ ਨੇ ਆਪਣੀ ਸਾਰੇ ਪਾਸੇ ਨਾਲੀਆਂ ਲਗੀਆਂ ਵੇਖਿਆ ਤਾਂ ਬੀਬੀ ਜੀ ਨੇ ਹੈਰਾਨ ਹੋ ਕੇ ਡਾਕਟਰ ਨੂੰ ਪੁੱਛਿਆ ਡਾਕਟਰ ਸਾਹਿਬ ਮੈਨੂੰ ਇੱਥੇ ਦਿੱਲੀ ਕਿਉਂ ਲਿਆੰਦਾ ਗਿਆ ਹੈ ਮੈਂ ਤਾਂ ਆਪਣੇ ਘਰ ਬਿਲਕੁਲ ਠੀਕ-ਠਾਕ ਸਾਂ ਬੀਬੀ ستਿੰਦਰ ਕੋਲ ਪਿਛਲੇ 13 ਦਿਨਾਂ ਤੋਂ ਬਿਲਕੁਲ ਕੋਮਾ ਵਿੱਚ ਸੀ ਇਹ ਗੱਲ 3 ਅਕਤੂਬਰ 2000 ਦੀ ਹੈ 3 ਅਕਤੂਬਰ ਤੋਂ ਲੈ ਕੇ 15 ਅਕਤੂਬਰ 2000 ਤੱਕ ਬੀਬੀ ਨੂੰ ਕੋਈ ਹੋਸ਼ ਹੀ ਨਹੀਂ ਸੀ ਡਾਕਟਰਾਂ ਨੇ ਟੈਸਟ ਕੀਤੇ ਪੂਰਾ ਚੈੱਕਅਪ ਕਰਨ ਤੋਂ ਬਾਅਦ ਦੱਸਿਆ ਬੀਬੀ ਦੇ ਦਿਮਾਗ ਦੀ ਨਾੜੀ ਫਟ ਚੁੱਕੀ ਹੈ ਇਹਨਾਂ ਦਾ ਆਪਰੇਸ਼ਨ ਕਰਨਾ ਪਵੇਗਾ ਇਹਨਾਂ ਨੂੰ ਆਰਾਮ ਦੀ ਸਖਰ ਜ਼ਰੂਰਤ ਹੈ ਇਹਨਾਂ ਨੂੰ 1 ਮਹੀਨਾ ਇੱਧਰ ਪੰਜਾਬ ਵਿੱਚ ਹੀ ਰੱਖਣਾ ਹੈ ਮੰਡੀ ਨਹੀਂ ਜਾਣ ਦੇਣਾ ਬੀਬੀ ਨੂੰ ਉਸੇ ਐਂਬੂਲੈਂਸ ਵਿੱਚ ਪਾ ਕੇ ਸ਼੍ਰੀ ਪੈਣੀ ਸਾਹਿਬ ਲਿਆਂਦਾ ਗਿਆ ਸੰਤਪੂਰਨ ਸਿੰਘ ਹੋਰਾਂ ਦੇ ਘਰ ਲੜਕੀ ਜੋ ਵਿਆਹੀ ਹੋਈ ਸੀ ਸੋ ਡੇਰਾ ਵੀ ਉੱਥੇ ਹੀ ਹੋ ਗਿਆ ਸੰਤਜੀ ਸਵੇਰੇ 1:00 2:00 ਵਜੇ ਉੱਠ ਜਾਂਦੇ ਸਨ ਬੀਬੀ ਵੀ ਉੱਠ ਗਈ ਇਸ਼ਨਾਨ ਪਾਣੀ ਕੀਤਾ ਤੇ ਲੱਗੀ ਅਰਦਾਸਾਂ ਕਰਨ ਉਧਰ ਆ ਗਈ ਮੋਨ ਸਿੰਘ ਇਸ਼ਨਾਨ ਪਾਣੀ ਕਰਕੇ ਸ਼੍ਰੀ ਆਸਾ ਜੀ ਦੀ ਵਾਰ ਲਾਉਣ ਹਿੱਤ ਜਿਉਂ ਹੀ ਸਟੇਜ ਤੇ ਚੜ੍ਹੇ ਪਾਸ਼ਾ ਜੀ ਨੂੰ ਨਮਸਕਾਰ ਕਰਦਿਆਂ ਅਰਜ਼ ਬੇਨਤੀ ਕੀਤੀ ਪਾਸ਼ਾ ਜੀਓ ਬੜੀ ਕਿਰਪਾ ਕੀਤੀ ਹੈ ਆਪ ਜੀ ਨੇ ਜੀ ਅਗੋ ਕਿਰਪਾ ਨਿਹਾਨ ਮਿਹਰਬਾਨ ਸ਼੍ਰੀ ਸਤਗੁਰ ਜਗਜੀਤ ਸਿੰਘ ਜੀ ਨੇ ਬਚਨ ਕੀਤਾ ਮੈਂ ਤਾਂ ਬੀਬੀ ਨੂੰ ਬੜੀ ਉੱਤੋਂ ਵਾਪਸ ਲਿਆਇਆ ਹਾਂ ਤਾਂ ਸ਼੍ਰੀ ਸਾਧਗੁਰੂ ਜਗਜੀਤ ਸਿੰਘ ਜੀ ਮਹਾਰਾਜ ਮਹੀਨਾ ਭਰ ਬੀਬੀ ਸ਼੍ਰੀ ਪੈਣੀ ਸਾਹਿਬੀ ਰਹੀ ਸੇਵਾ ਕਰਦੀ ਰਹੀ ਤੇ ਫਿਰ ਹੌਲੀ-ਹੌਲੀ ਸਿਰ ਵਿੱਚ ਥੋੜਾ-ਥੋੜਾ ਦਰਦ ਰਹਿਣ ਲੱਗ ਪਿਆ ਕਿਉਂਕਿ ਨਾੜੀ ਫਟ ਗਈ ਹੋਈ ਸੀ ਬੀਬੀ ਨੇ ਸ਼੍ਰੀ ਪੈਣੀ ਸਹਿਬਾ ਕੇ ਹਫ਼ਤੇ ਕੁ ਬਾਅਦ ਅਰਜ ਬੇਨਤੀ ਕੀਤੀ ਗਰੀਬ ਨਿਵਾਜ ਉਪਰੋਂ ਤਾਂ ਤੁਸੀਂ ਮੈਨੂੰ ਲੈ ਆਂਦਾ ਹੈ ਪਰ ਪੂਰੀ ਤਰ੍ਹਾਂ ਕਿਰਪਾ ਕਰੋ ਨਾ ਗਰੀਬ ਨਿਵਾਸੀ ਸਾਗੁਰਜੀ ਬਚਨ ਕੀਤਾ 20 ਦਿਨ ਇੱਕ ਮਾਲਾ ਭਗੋਤੀਆਂ ਦੀ ਤੇ ਇੱਕ ਮਾਲਾ ਭਜਨ ਦੀ ਕਰਕੇ ਅਰਦਾਸ ਕਰੋ ਸੱਚੇ ਬਾਸ਼ਾ ਜੀ ਕਿਰਪਾ ਕਰਨਗੇ ਬੀਬੀ ਜੀ ਨੇ 20 ਦਿਨ ਮਾਲਾ ਕੀਤੀਆਂ ਦੁਬਾਰਾ ਚੈੱਕਅਪ ਕਰਾਉਣ ਲਈ ਦਿੱਲੀ ਜਾਣਾ ਸੀ ਪੂਰੇ 20 ਦਿਨਾਂ ਬਾਅਦ ਬੀਬੀ ਦਿੱਲੀ ਅਪੋਲੋ ਹਸਪਤਾਲ ਪਹੁੰਚੀ ਕਿਉਂਕਿ ਨਾੜੀ ਵਿੱਚ ਲੀਕੇਜ ਸੀ ਇਸ ਕਰਕੇ ਆਪਰੇਸ਼ਨ ਤੇ ਹੋਣਾ ਹੀ ਸੀ ਐਂਜਿਓਗ੍ਰਾਫੀ ਹੋਈ ऑपरेशन हो गया बीबी ਘਰ ਵਾਪਸ ਆ ਗਈ ਬੀਬੀ ਹੁਣ ਬਿਲਕੁਲ ਠੀਕ ਠਾਕ ਹੈ ਬੀਬੀ ستਿੰਦਰਪਾਲ ਕੋਰ ਨੂੰ ਜਿਸ ਦਿਨ ਲੁਧਿਆਣੇ ਹਸਪਤਾਲ ਲਿਆਂਦਾ ਗਿਆ ਕੋਈ 25-30000 ਰੁਪਏ ਹੀ ਸੀ ਕੋਲ ਲੁਧਿਆਣੇ ਤੋਂ ਦਿੱਲੀ ਅਪੋਲੋ ਹਸਪਤਲ ਤੇ ਫਿਰ ਅਪੋਲੋ ਦਾ ਖਰਚਾ ਇਹ ਜ਼ਿੰਮੇਵਾਰੀ ਵੀ ਪਾਸ਼ਾ ਜੀ ਨੇ ਆਪਣੇ ਜਿੰਮੇ ਹੀ ਲਈ ਮੋਨ ਸਿੰਘ ਰਾਗੀ ਨਾਲ ਦਿੱਲੀ ਗਿਆ ਹੁਕਮ ਕੀਤਾ ਪੈਸਾ ਜਿੰਨਾ ਵੀ ਜ਼ਾਇਦਾ ਹੋਵੇ ਮੰਜੰਦਾਜੀ ਕੋਲੋਂ ਲੈ ਲੈਣਾ ਮੋਨ ਸਿੰਘ ਨੇ ਮੰਜੰਦਾਜੀ ਕੋਲੋਂ 80000 ਰੁਪਏ ਲਿਆ ਤੇ ਅਪੋਲੋ ਦਾ ਖਰਚਾ ਕੀਤਾ ਫਿਰ ਆਪਰੇਸ਼ਨ ਵਾਲੇ ਦਿਨ 110000 ਦਾ ਹੋਰ ਖਰਚਾ ਸੀ ਉਹ ਵੀ ਮੋਨ ਸਿੰਘ ਨੂੰ ਕਿਸੇ ਆਦਮੀ ਦਾ ਨਾਮ ਦੱਸ ਕੇ ਭੇਜਿਆ ਕਿ ਪੈਸੇ ਉਹਦੇ ਕੋਲੋਂ ਲੈ ਲੈਣੇ ਸੁਰਾਗੀ ਮੋਨ ਸਿੰਘ ਨੇ ਉਸੇ ਆਦਮੀ ਕੋਲੋਂ ਪੈਸੇ ਲੈ ਕੇ ਆਪਰੇਸ਼ਨ ਕਰਵਾ ਦਿੱਤਾ ਉਨ੍ਹਾਂ ਦਿਨਾਂ ਵਿੱਚ ਅਪੋਲੋ ਰਜਿਸਟਰਡ ਨਹੀਂ ਸੀ ਇਸ ਕਰਕੇ ਬੀਬੀ ਦੀ ਸਰਕਾਰੀ ਨੌਕਰੀ ਹੁੰਦਿਆਂ ਹੋਇਆਂ ਵੀ ਰਿਫੰਡੇਬਲ ਨਹੀਂ ਹੋ ਸਕਦੀ ਸੀ ਪਰ ਕੁਦਰਤ ਪਾਤਸ਼ਾਹ ਜੀ ਦੀ ਜਦੋਂ ਉਸਨੇ ਮਿਹਰ ਕਰਨੀ ਹੋਵੇ ਨਵਾਂ-ਨਵਾਂ ਕੰਮ ਹੋਇਆ Shimla office ਤੋਂ Apollo ਵਿੱਚ ਦਿੱਤੀ ਫੀਸ ਵਾਪਸੀ ਦੀ ਮਨਜ਼ੂਰੀ ਮਿਲ ਗਈ ਛੇਤੀ ਨਾਲ ਚੈੱਕ ਪਾਸ ਹੋਇਆ ਤੇ 1,80,000 ਜਿੰਨਾ ਪੈਸਾ ਉਧਾਰਾ ਲਿਆ ਸੀ ਉੰਨੇ ਦਾ ਉਨਾ ਮਿਲ ਗਿਆ ਬੀਬੀ ਜੀ ਦੀ ਖੁਆਇਸ਼ ਸੀ ਕਿ ਉਸ ਨੇ ਜਿੰਨਾ ਪੈਸਾ ਲਿਆ ਹੈ ਉਸ ਵਿੱਚ 10000 ਰੁਪਇਆ ਹੋਰ ਪਾ ਕੇ ਸ਼੍ਰੀ ਭੈਣੀ ਸਾਹਿਬ ਜਾ ਕੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਕਿਉਂਕਿ ਉਸ ਨੂੰ ਸਾਧ ਸੰਗਤ ਦੇ ਗੁਰੂ ਘਰ ਦੇ ਪੈਸੇ ਵਾਪਸ ਕਰਨ ਦੀ ਬਹੁਤ ਹੀ ਚਿੰਤਾ ਲੱਗੀ ਹੋਈ ਸੀ ਸੋ ਮਹੀਨਾ ਵੀ ਨਾ ਲੰਘਿਆ ਕਿ ਬੀਬੀ ਜੀ ਹੁਦਾਰੇ ਲੈ ਪੈਸੇ ਵਾਪਸ ਕਰਨ ਸ਼੍ਰੀ ਭੈਣੀ ਸਾਹਿਬ ਜਾ ਹਾਜ਼ਰ ਹੋਈ ਬੀਬੀ ਨੇ ਸਤਗੁਰਾਂ ਦੀ ਹਜ਼ੂਰੀ ਵਿੱਚ ਆਣ ਮਾਇਆ ਮੱਥਾ ਟੇਕ ਦਿੱਤੀ ਪਾਸ਼ਾ ਜੀ ਨੇ ਬਚਨ ਕੀਤਾ ਮਾਇਆ ਦੀ ਇੰਨੀ ਕਾਲੀ ਗਾਦੀ ਸੀ ਫਿਰ ਦੁਬਾਰਾ ਉਹ ਹੀ ਬਚਨ ਦਰ ਆਇਆ ਮੈਂ ਤਾਂ ਬੀਬੀ ਨੂੰ ਬੜੀ ਉੱਤੋਂ ਵਾਪਸ ਲਿਆਂਦਾ ਹਾਂ ਤਨ 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 ਸਤਗੁਰੂ ਜਗਜੀਤ ਸਿੰਘ ਜੀ ਹਨ ਸਤਗੁਰੂ ਮੇਰਾ ਸਰਪ੍ਰੇਤਿ ਪਾਲੇ ਸਤਗੁਰੂ ਮੇਰਾ ਮਾਰ ਜੀਵਾਲੇ ਇਹ ਮਹਾਵਾਕ ਅਨੁਸਾਰ ਸਤਗੁਰੂ ਤੇ ਤਨ ਹੈ ਜੋ ਕਾਲ ਦੇ ਮੂੰਹ ਵਿੱਚੋਂ ਵੀ ਕੱਢ ਲਿਆਉਂਦਾ ਹੈ ਸਤਿਗੁਰੂ ਕਾਲ ਦੇ ਵਾਸ ਨਹੀਂ ਹੁੰਦਾ ਉਹ ਸਮੇਂ ਦੇ ਅਧੀਨ ਨਹੀਂ ਹੈ ਬਲਕਿ ਉਹ ਸਮੇਂ ਨੂੰ ਬਣਾਉਣ ਵਾਲਾ ਹੈ ਸਮਾ ਉਹਦੇ ਅਧੀਨ ਹੈ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਬੀਬੀ ਨੂੰ ਜ਼ਿੰਦਗੀ ਬਖਸ਼ੀ ਤੇ ਮਾਇਆ ਵੀ ਦਿੱਤੀ ਹੁਣ ਬੀਬੀ ਬਣਾਉਂਦੀ ਨਹੀਂ ਹੈ ਸਰਕਾਰੀ ਨੌਕਰੀ ਉਵੇਂ ਦੀ ਉਵੇਂ ਹੀ ਚੱਲ ਰਹੀ ਹੈ ਚਾਰ ਪੰਜ ਪ੍ਰਾਇਮਰੀ ਸਕੂਲਾਂ ਤੇ ਐਡਵਾਈਜ਼ਰ ਹੈ ਨੌਕਰੀ ਦੀ ਬਦਲੀ ਬਾਰੇ ਵੀ ਬੀਬੀ ਜੀ ਆਪਣਾ ਸੁਪਨਾ ਦੱਸਦੇ ਹਨ ਬੀਬੀ ਨੂੰ ਮੰਡੀ ਤੋਂ ਬਾਹਰ ਬਦਲੀ ਦੀ ਚਿੱਠੀ ਆ ਗਈ ਇਹ ਗੱਲ 16 ਤਰੀਕ ਦੀ ਹੈ ਤੇ ਬੀਬੀ ਸ਼੍ਰੀ ਭੈਣ ਸਹਿ ਵੀ ਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ স্নਾਨ ਕਰਕੇ ਪਾਸ਼ਾ ਜੀ ਦੇ ਚਰਣਾ ਵਿੱਚ ਅਰਦਾਸ ਕਰਦੀ ਹੈ ਕਿ ਪਾਸ਼ਾ ਜੀਓ ਮਿਹਰ ਕਰੋ ਮੈਂ ਨਿੱਕੇ ਨਿੱਕੇ ਬੱਚਿਆਂ ਨਾਲ ਇੱਥੋਂ ਦੂਜੀ ਥਾਂ ਤੇ ਜਾ ਕੇ ਕਿਵੇਂ ਰਾਂਗੀ ਬੜੀ ਮੁਸ਼ਕਿਲ ਹੈ ਜੀ ਆਜੀ ਕਿਰਪਾ ਕਰੋ ਜੀ ਤੇ ਮੈਨੂੰ ਇੱਥੇ ਲੋਕਲ ਹੀ ਰਹਿਣ ਦਿਓ ਰਾਤ ਨੂੰ ਸੁਪਨੇ ਵਿੱਚ ਇਸ ਤਰ੍ਹਾਂ ਲੱਗਾ ਸਵੇਰ ਜੈਮਲ ਸਿੰਘ ਜੀ ਸ਼ਿਮਲੇ ਜਾਂਦੇ ਹਨ ਉੱਥੇ ਮੈਂਬਰ ਦੇ ਦਫ਼ਤਰ ਵੀ ਜਾ ਕੇ ਕਹਿੰਦੇ ਹਨ ਕਿ ਸਾਡੀ ਸਾਰੀ ਮੰਡੀ ਵਿੱਚੋਂ ਇੱਕੋ ਹੀ ਤੇ ਬੀਬੀ ਹੈ ਜਿਹੜੀ ਨੌਕਰੀ ਕਰਦੀ ਹੈ ਤੁਸੀਂ ਉਹਦੀ ਵੀ ਬਦਲੀ ਕਰ ਦਿੱਤੀ ਹੈ ਤੁਸੀਂ ਉਸ ਨੂੰ ਉੱਥੇ ਹੀ ਰਹਿਣ ਦਿਓ ਮੈਂਬਰ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਸ ਨੇ ਉਸੇ ਵਕਤ ਹੀ ਬੀਬੀ ਦੀ ਨੌਕਰੀ ਦੇ ਮੰਡੀ ਵਿੱਚ ਹੀ ਆਰਡਰ ਕਰ ਦਿੱਤੇ ਤੇ ਚਿੱਠੀ ਘਾੜ ਦਿੱਤੀ ਅਗਲੇ ਦਿਨ ਬੀਬੀ ਮੰਡੀ ਪਹੁੰਚੀ ਘਾਰੋਂ ਦੀ ਨੌਕਰੀ ਦੇ ਕਾਗਜ਼ਾ ਤਾਂ ਚੁੱਕੇ ਸਨ ਬੀਬੀ ਹੈਰਾਨ ਕਿ ਅਜੀ ਕੱਲ ਹੀ ਤਾਂ ਅਰਜ਼ਾ ਕਰ ਰਹੀ ਸੀ ਇੰਨੀ ਜਲਦੀ ਚਿੱਠੀ ਕਿ ਦਾਂ ਆ ਗਈ ਉਹ ਸੁਭਾਜੀ ਦੇ ਘਰ ਗਈ ਤੇ ਪੁੱਛਿਆ ਸੁਭਾਜੀ ਤੁਸੀਂ ਕੱਲ ਸ਼ਿਮ ਤੁਸੀਂ ਕੱਲ ਸ਼ਿਮਲੇ ਗਏ ਸੀ ਨਹੀਂ ਪੁੱਤਰ ਮੈਂ ਤਾਂ ਕਿਤੇ ਨਹੀਂ ਸੀ ਗਿਆ ਮੈਂ ਤਾਂ ਇੱਥੇ ਹੀ ਸਾਂ ਸੁਭਾਜੀ ਨੇ ਕਿਹਾ ਬੀਬੀ ਨੂੰ ਸਮਝ ਆਉਂਦਿਆ دیر ਨ ਲੱਗੀ ਕਿ ਸਾਰੀ ਕਿਰਪਾ ਉਸਦੇ ਮਿਹਰਬਾਨ ਸਤਿਗੁਰੂ ਨੇ ਕੀਤੀ ਸੀ ਜਿਸ ਦੇ ਪਰਉਪਕਾਰ ਬੀਬੀ ਕਈ ਜਨਮਾਂ ਤੱਕ ਨਹੀਂ ਭੁੱਲ ਸਕਦੀ ਪਾਤਸ਼ਾਹ ਜੀ ਦੇ ਪਰਉਪਕਾਰ ਤੇ ਬਹੁਤ ਨੇ ਮੈਂ ਇੱਕ ਨਾ ਜਾਤਾ ਬੀਬੀ ਦਾ ਕਹਿਣਾ ਹੈ ਕਿ ਧੰ ਧੰ ਹਨ ਧੰ ਧੰ ਹਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਾਰੇ ਡੰਡੋਤ ਵੰਦਨਾ ਕਰ ਲਈਏ ਤੇ ਆਖੀ ਤਾਨ ਤਾਨ ਸ੍ਰੀ ਸਾਧਗੁਰੂ ਜਗਜੀਤ ਸਿੰਘ